ਸੇਲ ਕਰਦੇ ਰਵੇ ਦਾ ਕਿਹੜਾ ਕਦੇ ਐਡਾ ਹਿਸਾਬ ਨਹੀਂ ਲਾਇਆ, ਸੇਲ ਇਹਨਾਂ 'ਚ ਤਾਂ ਸਾਰੀ ਕਮਾਈ ਜੀ ਕਰਦੇ ਰਵੇ ਦਾ। ਅੱਛਾ, ਸਾਲ ਦੀ ਕਿੰਨੀ ਕੁ ਕੋਈ ਬੱਚਤ ਹੋਈ ਜਾਂਦੀ ਹੈ? ਬੱਚਤ ਮਾਸ਼ਾਅੱਲਾ ਠੀਕ ਹੀ, ਰੁਪਈਆ 5-7 lakh ਦੇ ਜੀ ਸਾਲ ਦਾ ਜੀ। ਅਤੇ ਦੁੱਧ ਕਿੰਨੇ ਕੁ ਦਾ ਸੇਲ ਹੋਈ ਜਾਂਦਾ? ਦੁੱਧ ਐਤਕਾਂ ਤਾਂ ਥੋੜ੍ਹਾ ਹੀ ਦੇਈਦਾ, ਕੋਈ 10 kilo ਦੇ ਲਿਓ, ਦੂਜਾ ਬੱਚੇ ਨੇ ਸਾਰੀਆਂ ਮਾਰੀ ਛੋਟੇ ਛੋਟੇ ਕੱਲੀ ਪੀਣ, ਫਿਰ 10 kilo ਰੋਜ਼ਾਨਾ ਦਾ ਦੇ। ਅਤੇ ਉਹਦਾ ਕੀ ਰੇਟ ਮਿਲਦਾ ਪਿਆ? ਰੇਟ 70 rupees। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਪਿਆਰੇ ਭਾਈ ਕੀ ਹਾਲ ਹੈ? ਅੱਲਾਹ ਦਾ ਸ਼ੁਕਰ ਠੀਕ ਠਾਕ। ਜਨਾਬ ਦਾ ਕੀ ਨਾਮ ਹੈ? ਅੱਲਾਹ ਸਾਇਆ। ਸਰ ਇਲਾਕਾ ਕਿਹੜਾ ਜੇ? ਸਿਆਲਕੋਟ। ਭਾਈਆਂ ਨੇ ਤੁਸੀਂ ਕਿੰਨੇ ਅਰਸੇ ਤੋਂ ਬੱਕਰੀਆਂ ਦਾ ਕੰਮ ਕਰਦੇ ਹੋ? ਪਿਓ ਦਾਦੇ ਤੋਂ ਕਰਦੇ। ਮਾਸ਼ਾਅੱਲਾ, ਯਾਨੀ ਕਿ ਕਾਫੀ ਜ਼ਿਆਦਾ ਤੁਸੀਂ ਤਜਰਬਾਕਾਰ ਹੋ। ਬਿਲਕੁਲ ਇਨਸ਼ਾਅੱਲਾ। ਤੁਸੀਂ ਇਹ ਦੱਸੋ ਕਿ ਤੁਹਾਡਾ ਤਜਰਬਾ ਕਿਹੋ ਰਿਹਾ ਹੈ, ਤੁਸੀਂ ਇਹ ਕੰਮ ਤੋਂ ਕੀ ਸਿੱਖਿਆ ਜਾਂ ਕੀ ਹਾਸਲ ਕੀਤਾ? ਕੰਮ ਤੋਂ ਬੜੀ ਕਮਾਈ ਕੀਤੀ, ਪੈਸੇ ਬਹੁਤ ਕਮਾਏ ਨੇ ਠੀਕ ਇਹਨਾਂ ਇਹਨਾਂ ਤੋਂ। ਉਂਝ ਵੀ ਡਾਕਟਰੀ ਵੀ ਇਲਾਜ ਸਾਰੇ ਆਪ ਹੀ ਮੈਂ ਕਰ ਲੈਂਦੇ। ਮਾਸ਼ਾਅੱਲਾ, ਯਾਨੀ ਕਿ ਪੈਸੇ ਵੀ ਕਮਾਏ ਨੇ ਅਤੇ ਇਹਨਾਂ ਦੇ ਬਾਰੇ 'ਚ ਕਾਫੀ ਜ਼ਿਆਦਾ ਇਲਮ ਵੀ ਸਿੱਖਿਆ? ਬਿਲਕੁਲ ਸਾਰਾ। ਤੇ ਸਰ ਤੁਹਾਡੇ ਜਿਹੜਾ ਕਾਰੋਬਾਰ ਹੈ, ਕਿਹੜਾ ਬੰਦਾ ਪੈਸੇ ਕਮਾ ਸਕਦਾ ਹੈ ਤੇ ਕਿਹੜਾ ਬੰਦਾ ਨਾਕਾਮ ਹੁੰਦਾ? ਬੰਦਾ ਪੈਸੇ ਕਮਾ ਸਕਦਾ ਜਿਹੜਾ ਇਹਨਾਂ ਦੇ ਮਗਰ ਫੇਰੇ ਇਹਨਾਂ ਵਿਚਾਰੇ, ਤੇ ਜਿਹਨੇ ਬੰਨ ਕੇ ਤੇ ਪਾਣੇ ਨੇ ਉਹਦੇ ਕੋਲ ਨਹੀਂ ਕੋਈ। ਚਰਾਈ ਲਾਜ਼ਮੀ, ਚਰਾਈ ਲਾਜ਼ਮੀ। ਰੋਜ਼ਾਨਾ ਕਿੰਨੇ ਘੰਟੇ ਬੰਦਾ ਚਾਰੇ ਤੇ ਫੇਰ ਕੋਈ ਬੱਚਤ ਹੁੰਦੀ ਹੈ? ਬੱਚਤ ਤਾਂ ਸਾਰਾ ਦਿਨ ਹੀ ਚਾੜ ਜੀ, ਅਸੀਂ ਤਾਂ ਸ਼ਾਮ ਤੱਕ ਚਾਰਦੇ ਜੀ, ਤੇ ਚਲੋ ਜਿੰਨੇ ਕੋਈ ਬੰਨ ਕੇ ਪਾਣੇ ਨੇ ਉਹ ਇੱਕ ਟਾਈਮ ਵੀ ਚਾਰ ਲਏ, 12-1 ਵਜੇ ਤੱਕ ਫੇਰ ਵੀ ਠੀਕ। ਤੁਸੀਂ ਇਹਨਾਂ ਦੀ ਰੂਟੀਨ ਕੀ ਰੱਖੀ ਹੈ? ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ? ਚਰਾਈ ਕਿੰਨੇ ਘੰਟੇ ਕਰਾਉਂਦੇ ਹੋ? ਸਵੇਰ 10 ਵਜੇ ਖੋਲ ਲਈ ਦੀ, ਸ਼ਾਮੀ 5-6 ਵਜੇ ਖੜੀ ਦੀ। ਦਿਹਾੜੀ ਪਾਣੀ ਪਿਆਜਦਾ ਠੰਡੇ ਤੋਂ ਠੰਡਾ ਇਹਨਾਂ ਨੂੰ, ਅਤੇ ਟਾਈਮ ਨਾਲ ਚਾਰ ਦਿਨ ਰਵੇ ਤਾਂ ਦਿਹਾੜੀ ਛਾਵੇਂ ਭਾਈ ਦੀ ਟਾਈਮ ਨਾਲ। ਇਹ ਬਾਹਰ ਪਾਣੀ ਦਾ ਕਿੰਝ ਬੰਦੋਬਸਤ ਕਰਦੇ ਹੋ ਜੋ ਚਰਾਉਂਦੇ ਹੋ ਉਹਨਾਂ ਨੂੰ? ਪਾਣੀ ਭਾਵੇਂ ਕਿਹੜੇ ਡੇਰ 'ਤੇ ਜਾਈਏ, ਪਾਣੀ ਕਢਾ ਲਈਦਾ, ਪੀਟਰ ਚਲਾਈ ਦਾ ਪਾਣੀ ਕੱਢ ਨਿਕਲ ਜਾਂਦਾ। ਪਾਣੀ ਫਰੈਸ਼ ਪਿਲਾਉਣਾ? ਫਰੈਸ਼। ਇਹ ਕਿੰਨੀ ਦਫ਼ਾ ਰੋਜ਼ਾਨਾ? ਸੁਬਹਾ ਹੁਣ ਇਹ ਜਿਹੜੇ ਦਿਨ ਨੇ ਤਾਂ ਘੰਟੇ ਡੇਢ ਦੋ ਬਾਅਦ ਪਾਣੀ ਪੀਂਦੀ ਹੈ, ਅੱਗੇ ਪਿੱਛੇ 2 ਵਾਰ ਵੀ ਦਿਹਾੜੀ 'ਚ ਪਿਆ ਲਈ ਠੀਕ ਹੁੰਦਾ। ਅਤੇ ਜਦੋਂ ਤੁਸੀਂ ਵਾਪਸ ਆਪਣੇ ਫਾਰਮ 'ਤੇ ਲੈ ਕੇ ਜਾਂਦੇ ਹੋ, ਫਿਰ ਇਹਨਾਂ ਦੀ ਕੀ ਕੋਈ ਸੇਵਾ ਕਰਦੇ ਹੋ? ਫਿਰ ਇਹਨਾਂ ਨੂੰ ਜਾ ਕੇ ਪਾਣੀ ਉੱਥੇ ਹੁੰਦਾ ਭਰਿਆ ਹੁੰਦਾ ਟੱਪਾਂ 'ਚ, ਉਹਦੇ ਵਿੱਚ ਪਾ ਲਈਦਾ ਇਹਨਾਂ ਨੂੰ ਬੇਸਣ, ਵਿੱਚ ਸ਼ੱਕਰ ਪਾ ਲਈ ਦੀ, ਉਹ ਡਾਹੀਦਾ ਪੀਂਦੀਆਂ ਰਹਿੰਦੀਆਂ ਜੀ। ਬੇਸਣ ਅਤੇ ਸ਼ੱਕਰ ਜੀ, ਇਹ ਗਰਮੀ ਦੇ ਮੌਸਮ 'ਚ? ਗਰਮੀ ਦੇ ਮੌਸਮ ਇਹ ਸਿੱਟਿਆਂ 'ਚੋਂ। ਅਤੇ ਸਰਦੀ ਵਿੱਚ ਕੀ ਕਰਨਾ? ਸਰਦੀ 'ਚ ਪਾਣੀ ਪੀਂਦੀਆਂ ਜੀ। ਕੰਮ ਪੀਂਦੀਆਂ ਨੇ? ਕੰਮ ਪੀਂਦੀਆਂ ਹੀ ਨਹੀਂ, ਘਰ ਹੀ ਖਾਂਦੀਆਂ, ਫਿਰ ਪਾਣੀ ਪੀਂਦੀਆਂ। ਇਹ ਤੁਸੀਂ ਕਿਹਾ ਕਿ ਅੱਜ ਕੱਲ੍ਹ ਸਿੱਟਿਆਂ ਦੀ ਬਹਾਰ ਹੈ, ਸਿੱਟੇ ਮਿਲ ਜਾਂਦੇ ਨੇ ਬਾਹਰੋਂ, ਅਤੇ ਇਹਨਾਂ ਨੂੰ ਤੁਸੀਂ ਉਹ ਜਿਹੜਾ ਸ਼ੱਕਰ ਵਾਲਾ ਅਤੇ ਨਾਲ ਬੇਸਣ ਵਾਲਾ ਪਾਣੀ ਪਿਲਾਉਂਦੇ ਹੋ? ਪਾਣੀ ਪਿਲਾਉਂਦੇ। ਉਹਦਾ ਕੀ ਫਾਇਦਾ ਹੁੰਦਾ? ਉਹਦੇ ਨਾਲ ਠੰਡਾ ਰਹਿੰਦਾ, ਪਰ ਗਰਮ ਨਹੀਂ ਲੱਗਦਾ ਸਿੱਟਾ। ਦਾਣਾ ਦਾਣਾ ਅੱਜ ਕੱਲ੍ਹ ਗਰਮ ਹੈ, ਉਹਦਾ ਮੈਂ ਠੰਡਾ ਰਹਿੰਦਾ, ਆਦਮਾ ਕਰ ਦੇ। ਇਸ ਤੋਂ ਇਲਾਵਾ ਹੋਰ ਤਾਂ ਨਹੀਂ ਕੁਛ ਖਿਲਾਉਂਦੇ ਫਿਰ ਜਾ ਕੇ? ਹੋਰ ਮਸਾਲਾ ਦੇ ਦੇ। ਮਸਾਲਾ ਕਿਹੜਾ ਤਿਆਰ ਕੀਤਾ? ਮਸਾਲਾ ਇਹਨਾਂ ਨੂੰ ਜਿਹੜਾ ਠੰਡਾ ਦੇਈਦਾ, ਗਰਮ ਨਹੀਂ। ਚਰਾਤਾ, ਸੌਂਫ, ਜਵੈਣ, ਕਾਲਾ ਚਿੱਟਾ ਲੂਣ, ਉਹ ਪੀਸ ਲਈਦਾ ਤੇ ਉਹ ਦੇਈਦਾ। ਇਹ ਕਿੰਨੇ ਦਿਨ ਬਾਅਦ? ਰੋਜ਼ ਹੀ ਮੈਂ ਤੁਹਾਨੂੰ ਦਿੰਦਾ। ਉਹਦਾ ਕੀ ਤਰੀਕਾ ਹੁੰਦਾ? ਕੋਈ ਚਮਚ ਚਮਚ ਦਿੰਦੇ ਹੋ ਜਾਂ ਅੱਗੇ ਰੱਖ ਛੱਡਦੇ ਹੋ ਸਾਰਿਆਂ ਦੇ? ਆਮ ਤਾਂ ਚਮਚ ਹੀ ਲੋਕ ਦਿੰਦੇ ਨੇ, ਤਾਂ ਮੈਂ ਉਹ ਅੱਗੇ ਘਰ ਨਾਲ ਖਾ ਜਾਂਦੀ ਹਾਂ ਸਾਰੀ, ਜਿਹੜੀ ਕੋਈ ਨਾ ਖਾਏ ਉਹਨੂੰ ਚੁੰਡੀ ਇੱਕ ਮੂੰਹ ਦੇ ਦੇਈਦੀ। ਯਾਨੀ ਇਹ ਗਰਮੀਆਂ ਦਾ ਮਸਾਲਾ ਹੈ? ਗਰਮੀਆਂ ਮਸਾਲਾ ਉਹ ਦੇਣਾ ਜਿਹੜਾ ਉਹਨਾਂ ਨੂੰ ਠੰਡਿਆਂ ਰੱਖੇ, ਠੰਡਿਆਂ ਰੱਖੇ। ਅਤੇ ਸਰਦੀਆਂ ਦਾ ਮਸਾਲਾ ਅਲੱਗ ਹੁੰਦਾ ਹੈ? ਉਹ ਅਲੱਗ। ਉਹਦਾ ਕੋਈ ਜ਼ਿਕਰ ਕਰੋ ਨਾ, ਕਿਹੜੀਆਂ ਕਿਹੜੀਆਂ ਚੀਜ਼ਾਂ ਮਿਲਾ ਕੇ ਬਣਦਾ? ਉਹ ਬਣਦਾ ਜੇ ਮਲੱਠ, ਜਵੈਣ, ਸੌਂਫ, ਵਿੱਚ ਇੰਡੀਆ ਦੀ ਕੌੜ ਹੁੰਦੀ ਹੈ ਵਿੱਚ ਧੁੰਮਾਂ, ਉਹ ਪਾ ਕੇ ਵਿੱਚ ਮੇਥਰੇ ਆਲਿਓ, ਬਾਦੀ ਦੇ ਖਿਲਾਫ ਜਿੰਨੀਆਂ ਸ਼ੈਵਾਂ ਪਾ ਲਈ ਦੀ, ਪਾ ਕੇ ਉਹਨੂੰ ਪੀਸ ਲਈਦਾ ਸਾਰੇ ਨੂੰ, ਕਾਲੀ ਮਿਰਚ ਵਿੱਚ ਪਾ ਲਈ ਦੀ, ਅਤੇ ਉਹ ਇਨਸ਼ਾਅੱਲਾ ਮਸਾਲਾ ਬਣਾ ਲਈਏ ਅਤੇ ਉਹ ਪਿਆ ਦੇਈਦਾ ਸਿਆਲ ਸਾਰਾ ਉਹ ਦਿਨ। ਮਾਸ਼ਾਅੱਲਾ। ਅਤੇ ਇਸ ਟਾਈਮ ਟੋਟਲ ਤੁਹਾਡੇ ਕੋਲ ਕਿੰਨੇ ਜਾਨਵਰ ਨੇ? ਜਾਨਵਰ ਕੋਣਾ ਕੋਈ 125 ਮਾਸ਼ਾਅੱਲਾ ਜੀ।
ਤੁਸੀਂ ਕਿਸ ਕਿਸਮ ਦੇ ਜਾਨਵਰ ਰੱਖਦੇ ਹੋ? ਦੁੱਧ ਵਾਲੇ ਰੱਖਦੇ ਹੋ ਜਾਂ ਕਿ ਬੱਕਰੇ ਤਿਆਰ ਕਰਦੇ ਹੋ? ਦੁੱਧ ਵਾਲੇ ਵੀ ਰੱਖਣੇ, ਬੱਕਰੇ ਵੀ ਤਿਆਰ ਕਰਨੇ। ਅਤੇ ਤੁਹਾਡਾ ਜ਼ਰੀਆ ਮੁਆਸ਼ ਕੀ ਹੈ ਨਾ, ਤੂੰ ਬੱਕਰੇ ਸੇਲ ਕਰਨਾ ਜਾਂ ਦੁੱਧ ਸੇਲ ਕਰਨਾ? ਦੁੱਧ ਵੀ ਸੇਲ ਕਰੀ ਤਾਂ ਬੱਕਰੇ ਵੀ ਸੇਲ ਕਰੀ। ਮਾਸ਼ਾ ਅੱਲਾ ਯਾਰ, ਬੱਚੇ ਨਹੀਂ ਕਦੇ ਵਿੱਚ ਛੋਟੇ, ਯਾਨੀ ਉਹ ਬੱਚਿਆਂ ਨੂੰ ਵੀ ਪਿਲਾਉਂਦੇ ਹੋ ਅਤੇ ਦੁੱਧ ਬਾਅਦ 'ਚ ਲੈਂਦੇ ਹੋ? ਕੀ ਤਰੀਕਾ ਹੁੰਦਾ? ਬੱਚੇ ਨੂੰ ਕਿੰਨੇ ਮਹੀਨੇ ਪਿਲਾਉਂਦੇ ਹੋ ਅਤੇ ਤੁਸੀਂ ਕਿਦੋਂ ਬੱਕਰੀ ਕੋਲੋਂ ਫਿਰ ਉਹ ਦੁੱਧ ਲੈਂਦੇ ਹੋ? ਕਿੰਨੇ ਮਹੀਨੇ ਲੈਂਦੇ? 4 ਮਹੀਨੇ ਦਾ ਬੱਚਾ ਪੀਂਦਾ ਸਾਰਾ ਦੁੱਧ, 4 ਮਹੀਨੇ ਬਾਅਦ ਇੱਕ ਟਾਈਮ ਦਾ ਚੋਲ ਲਈ ਤਾਂ ਫਿਰ ਸਾਰਾ ਦਿਨ ਨਾਲ ਪੀਂਦੇ ਰਹਿੰਦੇ ਸ਼ਾਮ ਤੋਂ। ਬੱਕਰੀ 4 ਮਹੀਨੇ ਤੋਂ ਬਾਅਦ ਤੁਹਾਨੂੰ ਕਿੰਨੇ ਕੁ ਮਹੀਨੇ ਦੁੱਧ ਦੇ ਜਾਂਦੀ ਹੈ? ਦੁੱਧ ਦੇ ਦਿੰਦੇ ਨਾਮ ਸਹੁਰੇ ਨਾਮ ਬੱਕਰੀ ਸੋਣਾ ਹੀ ਨਾ ਕਰੀ ਤਾਂ 5-6 ਮਹੀਨੇ ਦੇ ਜਾਂਦੀ। ਕਿੰਨਾ ਕੁ ਮਿਲ ਜਾਂਦਾ ਫਿਰ ਜੀ ਇਹਨਾਂ ਤੋਂ? ਤੁਹਾਨੂੰ ਕਿੰਨਾ ਕੁ ਦੁੱਧ ਮਿਲ ਜਾਂਦਾ ਫੀ ਬੱਕਰੀ ਤੋਂ? ਫੀ ਬੱਕਰੀ 1.5 ਕਿਲੋ, 2 ਕਿਲੋ, 4 ਕਿਲੋ, 3 ਕਿਲੋ, ਜਿਵੇਂ ਦੀ ਬੱਕਰੀ ਉਸ ਤਰ੍ਹਾਂ ਦੁੱਧ। ਇੱਕ ਦਿਨ ਦਾ ਹੁੰਦਾ ਜੀ, ਅਤੇ ਅਗਰ ਬੱਚੇ ਨੂੰ ਛੱਡੀਏ ਫਿਰ ਉਹਦਾ ਅੱਧ ਮਿਲਣਾ? ਅੱਧ ਮਿਲਣਾ। ਇਸ ਟਾਈਮ ਜਿਹੜੀ ਤੁਹਾਡੇ ਕੋਲ ਸਭ ਤੋਂ ਚੰਗੀ ਬੱਕਰੀ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦਿੰਦੀ ਹੈ? 5 ਕਿਲੋ। ਇਸ ਟਾਈਮ ਦੇ ਰਹੀ ਹੈ ਜਾਂ ਕਿ ਗੱਬਾ ਨੇ ਦੇ ਰਹੀ? ਸਰ ਉਹ ਬੱਕਰੀ ਦਿਖਾਓ। ਅੱਛਾ ਮਾਸ਼ਾ ਅੱਲਾ, ਇਹ ਬੱਕਰੀ ਥੱਲੇ 5 ਕਿਲੋ ਦੁੱਧ ਦੇ। ਮਾਸ਼ਾ ਅੱਲਾ ਦੋਸਤੋ, ਇਹ ਤੁਸੀਂ ਬੱਕਰੀ ਵੇਖ ਲਓ। ਅਤੇ ਸਰ ਇਸ ਟਾਈਮ ਸੂਈ ਹੈ? ਮਾਸ਼ਾ ਅੱਲਾ, 3 ਨੇ ਲੈ ਲਈਆਂ ਦਿੱਤੀਆਂ ਨੇ? 3 ਲੈ ਲਈਆਂ। ਅਤੇ ਕਿੰਨੇ ਸੂਏ ਵੇ ਹੁਣ? ਹੁਣ 4th ਸੂਏ। ਅਤੇ ਇਹ ਤੁਸੀਂ ਸੇਲ ਕਰਨਾ ਚਾਹੁੰਦੇ ਹੋ? ਸੇਲ ਕਰਾਂਗੇ। ਅਗਰ ਕੋਈ ਦੋਸਤ ਲੈਣਾ ਚਾਹੇ ਤਾਂ ਇਹਦਾ ਫਾਈਨਲ ਰੇਟ ਕੀ ਹੋ? ਇਹਦਾ ਰੇਟ ਇਹਦਾ ਹੋਏਗਾ 70,000। 70,000 ਜੀ। ਇਹ ਸਿਰਫ ਬੱਕਰੀ ਦਾ ਜਾਂ ਕਿ ਬੱਚੇ ਵੀ? ਬੱਚੇ ਵੀ ਨਾਲ। ਮਾਸ਼ਾ ਅੱਲਾ, ਯਾਨੀ ਕਿ ਫਿਰ ਤਾਂ ਮੁਨਾਸਬ ਹੀ ਹੈ। ਇਸ ਤੋਂ ਇਲਾਵਾ ਦੁੱਧ ਵਾਲੀਆਂ ਬੱਕਰੀਆਂ ਹੋਰ ਵੀ ਹੈ? ਹੋਰ ਵੀ ਕੋਈ ਦੱਸੋ ਜਿਹੜੀ ਕੋਈ 3 ਕਿਲੋ ਦਿੰਦੀ ਹੈ ਜਾਂ 2 ਕਿਲੋ। ਅੱਛਾ ਭਾਈ, ਇਹ ਬੱਕਰੀ ਕਿੰਨਾ ਦੁੱਧ ਦੇ ਰਹੀ ਹੈ? 3 ਕਿਲੋ ਜੀ। ਮਾਸ਼ਾ ਅੱਲਾ, ਇੱਕ ਦਿਨ ਦਾ? ਇੱਕ ਦਿਨ, ਯਾਨੀ ਦੋ ਟਾਈਮਾਂ ਦਾ? ਦੋ ਟਾਈਮ। ਅਤੇ ਬੱਚੇ ਦੇ ਕਿੰਨੇ ਨੇ? ਬੱਚੇ ਦੇ ਕੁਝ ਲੈ ਲਈ। ਦਿੱਤੇ ਕਿੰਨੇ ਹੋ? 2। ਇੱਕ ਜ਼ਾਇਆ ਹੋ ਗਿਆ? ਇੱਕ ਜ਼ਾਇਆ। ਉਹ ਕੀ ਵਜ੍ਹਾ ਬਣੀ? ਬਸ ਬਿਮਾਰ ਹੋ ਗਿਆ ਚੰਨਾ। ਅਤੇ ਇਹਦਾ ਕਿੰਨਵਾਂ ਸੂਆ ਵੇ? 3ਰਾ ਸੂਆ। ਅਤੇ ਤੁਸੀਂ ਇਹਦਾ ਦੁੱਧ ਖੁਦ ਚੋਂਦੇ ਹੋ ਜਾਂ ਕਿ ਬੱਚੇ ਨੂੰ ਪਿਲਾਉਂਦੇ ਹੋ? ਇਹਦਾ ਖੁਦ ਚੋਈਦਾ। ਇਹ ਕਿੰਨਾ ਕੁ ਤੁਸੀਂ ਚੋ ਲੈਂਦੇ ਹੋ? 2 ਕਿਲੋ। ਅਤੇ ਬੱਚਾ ਕਿੰਨਾ ਕੁ ਪੀਂਦਾ? 1 ਕਿਲੋ ਬੱਚਾ ਪੀ ਲੈਂਦਾ, 2 ਟਾਈਮ 10-10 ਕਿਲੋ ਪੀ ਲੈਂਦਾ। ਮਾਸ਼ਾ ਅੱਲਾ, ਇਹਦਾ ਜਿਹੜਾ ਬੱਚਾ ਉਹ ਵੀ ਦਿਖਾਓ। ਬੱਚਾ ਉਹਦਾ ਕਰ ਲਈ। ਅੱਛਾ, ਇਹ ਲੈ ਲਈਏ? ਮਾਸ਼ਾ ਅੱਲਾ, 2 ਮਹੀਨੇ ਦੀ ਹੈ? 1.5 ਮਹੀਨੇ ਦੀ। 1.5 ਮਹੀਨੇ ਦੀ ਜੀ। ਥੱਲੇ ਧਾਰ ਕੇ ਬੱਕਰੀ ਨੂੰ ਸੋਇਆ ਤਕਰੀਬਨ 1.5 ਮਹੀਨਾ ਹੈ? ਹਾਂ, 1.5 ਮਹੀਨਾ ਹੋਇਆ। ਅੱਛਾ, 2 ਮਹੀਨਾ ਹੋਇਆ ਜੀ। ਠੀਕ ਹੈ, ਮਾਸ਼ਾ ਅੱਲਾ, ਚੱਲਿਆ ਛੱਡ ਕੰਮ ਛੱਡ। ਮਾਸ਼ਾ ਅੱਲਾ। ਅਤੇ ਇਹਦੀ ਸਰ ਕਿੰਨੀ ਕੀਮਤ ਹੈ? ਇਹਦੀ ਕੀਮਤ 50,000। ਬੱਚੇ ਸਮੇਤ ਜਾਂ? ਬੱਚੇ ਸਮੇਤ 50,000। ਫਾਈਨਲ ਕਿ ਕੋਈ ਪਿਆਰ ਮੁਹੱਬਤ ਫਿਰ ਵੀ ਹੋਈਏ? ਇਹਦਾ ਨਹੀਂ, ਫਾਈਨਲ। ਅੱਛਾ, ਰੇਟ ਫਾਈਨਲ ਹੈ? ਫਾਈਨਲ। ਮਾਸ਼ਾ ਅੱਲਾ ਦੋਸਤੋ, ਵੇਖੋ ਦੁੱਧ ਦੇਣ ਵਾਲੀਆਂ ਬੱਕਰੀਆਂ ਜਿਹੜੇ ਦੋਸਤ ਕਹਿੰਦੇ ਨੇ। ਅੱਛਾ ਅੱਲਾ ਵਸਾਇਆ ਸਾਹਿਬ, ਕੁਛ ਲੋਕ ਕਹਿੰਦੇ ਨੇ ਕਿ ਬੱਕਰੀ ਇੰਨਾ ਦੁੱਧ ਨਹੀਂ ਦਿੰਦੀ, ਉਹਨਾਂ ਨੂੰ ਬੰਦਾ ਕਿੰਝ ਸਾਬਤ ਕਰੇ? ਚੁਆਈ ਕਰਾ ਕੇ ਇਹਨਾਂ ਦੀ ਫਿਰ? ਆ ਫਿਰ ਚੁਆਈ ਨਾ ਜੀ। ਚਲੋ ਅਗਰ ਕਹਿੰਦੇ ਤਾਂ ਫਿਰ ਕਿਸੇ ਵਕਤ ਇਹਨਾਂ ਦੀ ਚੁਆਈ ਕਰਾ ਲਾਂਗੇ। ਠੀਕ, ਇਹ ਬੱਕਰੀ ਥੱਲੇ ਕਿੰਨਾ ਦੁੱਧ ਹੈ ਸਰ? ਇਹਦਾ ਜੀ ਦੁੱਧ ਦਾ ਪਤਾ ਨਹੀਂ, 2 ਕਿਲੋ ਚੋਈਦਾ ਥੱਲੇ। ਅੱਛਾ, ਇਹਦੇ ਪਰ ਬੱਚਾ ਇਕੱਲਾ ਜੀ। ਇਹ ਬੱਕਰੀ ਹੈ ਕਿ ਬੱਕਰਾ? ਬੱਕਰਾ। ਬੱਕਰਾ ਬੜਾ ਖੂਬਸੂਰਤ, ਚੰਗਾ ਸੋਹਣਾ ਦਿੱਤਾ ਸੀ ਮੋਟਾ। ਅਤੇ ਇਸ ਟਾਈਮ ਕਿੱਥੇ ਵੇ ਘਰ? ਅਤੇ ਕਿੰਨੀ ਦੇਰ ਹੋਈ ਇਹਨੂੰ ਸੋਇਆ? ਸੋਇਆ ਇਹਨੂੰ ਅੱਜ ਹੋ ਗਿਆ ਜੀ 10 ਦਿਨ। ਅੱਛਾ, ਯਾਨੀ ਬੱਚਾ ਛੋਟਾ ਹੈ, ਘਰ ਰੱਖਿਆ? ਘਰ ਰੱਖਿਆ। ਛੋਟੇ ਬੱਚੇ ਤੁਸੀਂ ਘਰ ਰੱਖਦੇ ਹੋ? ਘਰ। ਅਤੇ ਕਿੰਨੇ ਸੂਏ ਵੇ? ਦੂਜੇ ਸੂਏ ਸੂਈ। ਮਾਸ਼ਾ ਅੱਲਾ, ਪਹਿਲੇ ਸੂਏ ਕਿੰਨੇ ਬੱਚੇ ਦਿੱਤੇ ਹੋ? ਪਹਿਲੇ ਸੂਏ ਵੀ ਕੋਈ ਬੱਚਾ। ਇਹਨੂੰ ਸਰ ਟੋਰੋ ਹਾਂ ਥੋੜ੍ਹਾ। ਮਾਸ਼ਾ ਅੱਲਾ ਜੀ ਦੋਸਤੋ, ਤਸੱਲੀ ਨਾਲ ਵੇਖੋ, ਦੁੱਧ ਦੇਣ ਵਾਲੀ ਬੱਕਰੀ ਹੈ, ਕਿਲੋ ਭਾਈ ਜਿਹੜੀ ਚੋ ਲੈਂਦੇ ਨੇ ਅਤੇ ਬਾਕੀ ਬੱਚਾ ਪੀਂਦਾ। ਇਹ ਕਨਫਰਮ ਨਹੀਂ ਕਿ ਟੋਟਲ ਕਿੰਨਾ, ਪਰ ਜਿਹੜਾ ਪਿੱਛੇ ਬੱਕਰਾ ਦੱਸਿਆ ਭਾਈ ਯਾਰਾਂ, ਸੋਹਣਾ, ਕਾਫੀ ਸੋਹਣਾ ਅਤੇ ਖੂਬਸੂਰਤ ਹੈ। ਅਤੇ ਇਹਦੀ ਕੀਮਤ ਕਿੰਨੀ ਹੈ ਭਾਈ ਜਾਨ? ਇਹਦੀ ਕੀਮਤ 80,000 ਰੁਪਏ। 80,000 ਜੀ। ਇਹਦਾ ਰੇਟ ਕਿਉਂ ਜ਼ਿਆਦਾ? ਬੱਕਰੀ ਅੱਛੀ ਆ, ਅਮਾ ਬੱਕਰੀ। ਅੱਛਾ, ਸੋਹਣੀ ਵੀ, ਅੱਛੀ ਵੀ। ਇਸ ਤੋਂ ਇਲਾਵਾ ਦੁੱਧ ਦੇਣ ਵਾਲੀਆਂ ਬੱਕਰੀਆਂ ਦੇ ਇਲਾਵਾ
ਤੁਹਾਡੇ ਕੋਲ ਬੱਕਰੇ ਤੇ ਹੋਰ ਕੋਈ ਪੱਠਾਂ ਵੀ ਹੈ ਨੇ? ਪੱਠਾਂ ਬੜੀਆਂ ਨੇ, ਪੱਠਾਂ ਤਕਰੀਬਨ 30-35। ਉਹ ਜਿਹੜੀਆਂ ਪੱਠਾਂ ਨੇ ਉਹਨਾਂ ਦੀ ਕਮ ਅਜ਼ ਕਮ ਕਿੰਨੀ ਕੀਮਤ ਤੋਂ ਲੈ ਕੇ ਤੇ ਕਿੰਨੀ ਕੀਮਤ ਸਿੱਧਾ ਨੇ? ਪੱਠਾਂ ਜਿਹੜੀਆਂ 28 ਦੇ ਨਾਲ ਇਕੱਠੀਆਂ, ਉਹ ਸਮਝ ਆਵੇ 30-29-28 ਇੱਥੇ ਵੇਚਣੀਆਂ। ਅੱਛਾ, ਇੰਨੇ ਹਜ਼ਾਰ 'ਚ ਵੇਚਣੀਆਂ ਇੱਕ ਪੱਠ? ਪੱਠਾਂ ਵੱਡੀਆਂ ਹੋਈਆਂ ਨੇ ਬਾਬਾ। ਉਹਨਾਂ ਦੀ ਕਿੰਨੀ ਕੁ ਉਮਰ ਹੈ? ਉਮਰ ਉਹਨਾਂ ਦੀ ਜੇ ਕੋਈ 7 ਮਹੀਨੇ, 8 ਮਹੀਨੇ, 9 ਮਹੀਨੇ ਇਸ ਤਰ੍ਹਾਂ। ਅਤੇ ਜਿਹੜੇ ਬੱਕਰੇ ਨੇ? ਬੱਕਰੇ ਜਿਹੜੇ ਜੋ ਤਕਰੀਬਨ ਵੇਚ ਹੀ ਖੜੇ ਨੇ ਹੁਣ ਕੋਈ ਨਹੀਂ। ਯਾਨੀ ਕਿ ਪੱਠਾਂ ਅਤੇ ਦੁੱਧ ਦੇਣ ਵਾਲੀਆਂ ਬੱਕਰੀਆਂ, ਅਤੇ ਜਿਹੜੇ ਛੋਟੇ ਜਾ ਹੁੰਦੇ ਨੇ ਉਹ ਤੁਸੀਂ ਸੇਲ ਨਹੀਂ ਕਰਦੇ? ਸੇਲ ਨਹੀਂ ਕਰਦੇ ਜੀ। ਯਾਨੀ ਕਿ ਤੁਸੀਂ ਉਹ ਜਿਹੜਾ ਉਹਨਾਂ ਦਾ ਆਕੇ ਮਾਂ ਦਾ ਦੁੱਧ ਪੀਣਾ ਉਹ ਪੂਰਾ ਕਰਦੇ? ਪੂਰਾ ਕਰਦੇ। ਜ਼ਿੰਦਾਬਾਦ ਜੀ, ਜ਼ਿੰਦਾਬਾਦ। ਇਹ ਜਿਹੜੀਆਂ ਸਰ ਦੁੱਧ ਦੇਣ ਵਾਲੀਆਂ ਬੱਕਰੀਆਂ ਨੇ ਜੀ, ਮਾਸ਼ਾਅੱਲਾ ਚੁਗ ਕੇ ਦੁੱਧ ਦਿੰਦੀਆਂ ਨੇ ਜਾਂ ਕਿ ਇਹਨਾਂ ਦੀ ਖੁਰਾਕ ਤੁਸੀਂ ਕੋਈ ਮੁਖਤਲਿਫ ਰੱਖਦੇ ਹੋ? ਨਹੀਂ, ਬਾਹਰ ਵਾਲੀ ਚੁਗਦੀਆਂ ਨੇ, ਜਦੋਂ ਬਾਹਰੋਂ ਚੋਗਾ ਘੱਟ ਜੇ ਫਿਰ ਇਹਨਾਂ ਨੂੰ ਵੰਡਾ ਛਿੰਡਾ ਪਾ ਲਈ। ਉਹ ਵੰਡਾ ਤੁਸੀਂ ਫਿਰ ਕਿਹੜਾ ਇਸਤੇਮਾਲ ਕਰਦੇ ਹੋ? ਕਈ ਕਣਕ ਦਲਾਲੀ ਦੀ, ਤੋਂ ਸ਼ਾਮ ਨੂੰ ਇਹਨਾਂ ਨੂੰ ਬਾਹਰ ਫਿਰ ਕੇ ਜਾਂਦੀ ਪਾਈ। ਉਹ ਜਿਹੜੀ ਮਕਈ ਅਤੇ ਕਣਕ ਦਲਾਈ ਹੁੰਦੀ ਹੈ, ਉਹ ਭੇ ਕੇ ਪਾਣੀ ਹੈ ਕਿ ਸੁੱਕੀ ਪਾਣੀ? ਸੁੱਕੀ ਕਿੰਜ ਕਿਸੇ ਚਾਰੇ ਉੱਤੇ ਜਾਂ ਕਿੰਜੀ? ਤੂੜੀ ਥੋੜ੍ਹੀ ਜਿਹੀ ਲੀ ਅਤੇ ਵਿੱਚ ਬਹੁਤਾ ਦਾਣਾ ਪਾਇਆ ਤੇ ਰਲਾਗ ਪਾ। ਤੂੜੀ ਕਿਹੜੀ ਇਸਤੇਮਾਲ ਕਰਦੇ ਆ? ਬਰੀਕ। ਮਾਸ਼ਾਅੱਲਾ ਸਰ, ਕਾਫੀ ਕੀਮਤੀ ਗੱਲਾਂ ਦੱਸਦੇ ਹੋ ਪਏ। ਇਹ ਦੱਸੋ ਕਿ ਬੱਕਰੀਆਂ ਨੂੰ ਬਿਮਾਰੀ ਕਿਹੜੀ ਹੁੰਦੀ ਹੈ? ਅੱਜ ਕੱਲ੍ਹ ਗਰਮੀਆਂ 'ਚ ਇਹਨਾਂ ਦੀ ਬਿਮਾਰੀ ਕਿਹੜੀ ਹੈ? ਉਹਦਾ ਕੋਈ ਦੇਸੀ ਇਲਾਜ ਜਿਹੜਾ ਤੁਸੀਂ ਕਰਦੇ ਹੋ? ਗਰਮੀਆਂ 'ਚ ਇਨਸ਼ਾਅੱਲਾ ਠੀਕ ਰਹਿੰਦੀਆਂ ਨੇ, ਸਿਆਲ ਹੀ ਬਹੁਤੀ ਬਿਮਾਰੀ ਇਹਨਾਂ ਨੂੰ ਹੁੰਦੀ। ਸਿਆਲ 'ਚ ਕਿਹੜੀ ਬਿਮਾਰੀ ਹੁੰਦੀ ਹੈ? ਸਿਆਲ 'ਚ ਇਹਨਾਂ ਦਾ ਵਾਹ ਲੱਗ ਜਾਂਦੀ। ਅੱਛਾ, ਮੂੰਹ ਦਾ ਮੋਕਰ ਆ ਜਾਂਦਾ, ਸਿਆਲ ਨਾਲ ਬੜੀਆਂ ਬਿਮਾਰੀਆਂ। ਵਾਹ ਦਾ ਕੋਈ ਦੇਸੀ ਇਲਾਜ? ਦੇਸੀ ਇਲਾਜ, ਦੇਸੀ ਇਲਾਜ ਨਾਲ ਤਾਂ ਟੀਕਾ ਦਵਾਈ ਠੀਕ ਹੈ। ਦੇਸੀ ਨੂੰ ਅਸੀਂ ਤਾਂ ਸੌਂਫ ਦਿੰਦੇ ਜੀ, ਸੌਂਫ ਕੁੱਟ ਲਈ ਦੀ, ਉਹਦੇ ਗੁੜ ਲਾ ਕੇ ਥੋੜ੍ਹੀ ਥੋੜ੍ਹੀ। ਅਤੇ ਜਿਹੜਾ ਮੂੰਹ ਖੋਰੇ, ਉਹਦਾ ਵੀ ਕੋਈ ਡਾਕਟਰੀ ਜਾਂ ਦੇਸੀ ਇਲਾਜ? ਉਹਦਾ ਡਾਕਟਰੀ ਲਾ ਦੇ ਟੀਕਾ, ਲੀ ਮੈਕਸ ਉੱਪਰ ਉਹਦੇ ਨਾਲ, ਉਹ 2 ਸੀਸੀ 1.5 ਸੀਸੀ ਲਾਈਏ ਖਲ ਵਿੱਚ ਦਵਾ ਲਓ ਜਿੰਨੀ। ਮਾਸ਼ਾਅੱਲਾ, ਇਸ ਟਾਈਮ ਤੁਸੀਂ ਦੱਸਿਆ ਕਿ ਆਲਮੋਸਟ 100-125 ਜਾਨਵਰ ਹੈ ਜੀ, ਇਹਨਾਂ ਤੋਂ ਤੁਸੀਂ ਹਰ ਮਹੀਨੇ ਜਾਂ ਹਰ ਸਾਲ ਕਿੰਨੇ ਕੁ ਜਾਨਵਰ ਸੇਲ ਕਰ ਲੈਂਦੇ ਹੋ? ਸੇਲ ਕਰਦੇ ਰਵੇ ਤਾਂ ਕਿਹੜਾ ਕਦੇ ਐਡਾ ਹਿਸਾਬ ਨਹੀਂ ਲਾਇਆ, ਸੇਲ ਇਹਨਾਂ 'ਚ ਤਾਂ ਸਾਰੀ ਕਮਾਈ ਜੀ ਕਰਦੇ ਰਵੇ। ਅੱਛਾ, ਸਾਲ ਦੀ ਕਿੰਨੀ ਕੁ ਕੋਈ ਬੱਚਤ ਹੋਈ ਜਾਂਦੀ ਹੈ? ਬੱਚਤ ਮਾਸ਼ਾਅੱਲਾ ਠੀਕ ਹੀ, ਰੁਪਈਆ 5-7 ਲੱਖ ਦੇ ਜੀ ਸਾਲ ਦਾ ਜੀ। ਅਤੇ ਦੁੱਧ ਕਿੰਨੇ ਕੁ ਦਾ ਸੇਲ ਹੋਈ ਜਾਂਦਾ? ਦੁੱਧ ਐਤਕਾਂ ਤਾਂ ਥੋੜ੍ਹਾ ਹੀ ਦੇਈਦਾ, ਕੋਈ 10 ਕਿਲੋ ਦੇਖ ਲਿਓ, ਦੂਜਾ ਬੱਚੇ ਨੇ ਸਾਰੀਆਂ ਮਾਰੀ ਛੋਟੇ ਛੋਟੇ ਪਹਿਲੀ ਪੀਣ ਫਿਰ। 10 ਕਿਲੋ ਰੋਜ਼ਾਨਾ ਦਾ ਦੇਖ? ਅਤੇ ਉਹਦਾ ਕੀ ਰੇਟ ਮਿਲਦਾ ਪਿਆ? ਰੇਟ 70 ਰੁਪਏ। ਸ਼ਹਿਰ ਮੈਂ ਇੰਟਰਵਿਊ ਕੀਤਾ ਕੱਲ੍ਹ, ਉਹ 120 ਰੁਪਏ ਸੇਲ ਕਰਦੇ ਨੇ ਪਏ, ਤੁਸੀਂ ਸਸਤਾ ਕਿਉਂ ਸੇਲ ਕਰਦੇ ਹੋ ਪਏ? ਇੱਥੇ ਪਿੰਡਾਂ 'ਚ ਇਸ ਤਰ੍ਹਾਂ ਹੀ ਖੜਦੇ ਨੇ, ਦੁੱਧ ਹੀ ਖੜਦੇ ਨੇ, 70 ਰੁਪਏ ਖੜਦੇ। ਘਰਾਂ ਵਾਲੇ ਨਹੀਂ ਲੈਂਦੇ? ਘਰਾਂ ਵਾਲੇ ਇੱਥੇ ਹਰ ਘਰ ਮੱਝ ਪਿੰਡ 'ਚ ਹੋਇਆ। ਇੱਕ ਦੋਸਤ ਕਹਿ ਰਿਹਾ ਸੀ ਕਿ ਜਿਹੜਾ ਬੱਕਰੀ ਦਾ ਦੁੱਧ ਹੈ ਉਹਦੇ 'ਚ ਸ਼ਫਾ ਹੁੰਦੀ ਹੈ, ਕਈ ਬਿਮਾਰੀਆਂ ਦਾ ਇਲਾਜ ਹੈ। ਬੜੀਆਂ ਬਿਮਾਰੀਆਂ ਦਾ ਇਲਾਜ ਹੈ, ਬੜਾ ਚੰਗਾ। ਜਿਹੜੇ ਕੋਈ ਬਿਮਾਰ ਹਜ਼ਰਾਤ ਹੁੰਦੇ ਨੇ ਉਹ ਆਉਂਦੇ ਨਹੀਂ ਲੈਣ ਦੁੱਧ? ਉਹ ਆਉਂਦੇ ਨਹੀਂ ਲੈਣ। ਉਹਨਾਂ ਨੂੰ ਫਿਰ ਰੇਟ ਕੀ ਤੁਸੀਂ ਦਿੰਦੇ? ਉਹਨਾਂ ਨੂੰ ਫਿਰ ਇਸੇ ਰੇਟ 'ਤੇ ਦੇ? ਅੱਛਾ, ਯਾਨੀ ਰੇਟ ਤੁਸੀਂ ਸੇਮ ਰੱਖਿਆ? ਸੇਮ। ਮਾਸ਼ਾਅੱਲਾ ਸਰ, ਤੁਸੀਂ ਕਾਫੀ ਕੀਮਤੀ ਗੁਫ਼ਤਗੂ ਕੀਤੀ ਹੈ। ਜਿਹੜੇ ਦੋਸਤ ਹੈ ਵੀਡੀਓ ਵੇਖਦੇ ਨੇ ਪਏ, ਉਹਨਾਂ ਨੂੰ ਕੋਈ ਅੱਛਾ ਜਿਹਾ ਮਸ਼ਵਰਾ ਦਿਓ ਜਿਹੜੇ ਬੱਕਰੀਆਂ ਪਾਲਣਾ ਚਾਹੁੰਦੇ ਨੇ। ਬੱਕਰੀਆਂ ਜਿਹੜਾ ਵੀ ਪਾਲਣਾ ਚਾਹੁੰਦੇ, ਫਾਰਮ ਬਣਾਉਣ, ਬੱਕਰੀਆਂ ਦੀਆਂ ਖੁਰਲੀਆਂ ਬਣਾਉਣ, ਉਹਨਾਂ ਨੂੰ ਵੰਡਾ ਜਿਹੜਾ ਮਕਈ ਕਣਕ ਬਾਜਰਾ ਪਾ ਲੈਣ ਵਿੱਚ, ਜਿਹੜਾ ਵੀ ਦਾਣਾ ਭਾਵੇਂ ਕਿਹੜਾ ਦੇ ਵਿੱਚ ਦਲਾ ਲੈਣ, ਉਹ ਬੱਕਰੀਆਂ ਦੇ ਹਿਸਾਬ ਨਾਲ ਪਿਆਲੀ ਪਿਆਲੀ ਸਾਰੀਆਂ ਨੂੰ ਆ ਜਾਏ, ਉਹਨਾਂ ਤਜਰਬਾ ਲਾ ਕੇ ਵਿੱਚ ਪਾਉਣ ਕਰਨ ਪਈਆਂ ਖਾਣ, ਅਤੇ ਪਿਛਲੇ ਟਾਈਮ ਜਾਂ ਸੁਬਹਾ ਦੇ ਟਾਈਮ 2-3 ਘੰਟੇ ਝੱਟ ਬਾਹਰ ਫੇਰ ਲਈ। ਯਾਨੀ ਚਰਾਈ ਨਾਲ ਚਰਾਈ ਨਾਲ ਥੋੜ੍ਹਾ ਬਹੁਤਾ ਬਾਹਰ ਫਿਰ ਟੋਰ ਆਉਣ 'ਤੇ ਆ, ਖਾਂਦੀਆਂ ਵੀ ਚੰਗੀਆਂ ਨੇ, ਰਹਿੰਦੀਆਂ ਵੀ ਖੁਸ਼ਬਾਸ਼। ਅਤੇ ਫਾਰਮ ਉਹਨਾਂ ਦੇ ਬਣਾਉਣ 2, ਇੱਕ ਫਾਰਮ ਦੇ ਵਿੱਚ ਰਹਿਣ ਦਾਣਾ ਛਾਣਾ ਖਾਣ, ਦੂਜਾ ਲਹਿਦਾ ਹੋਵੇ ਉਹਦੇ ਵਿੱਚ ਸ਼ਾਮ ਨੂੰ ਲਹਿਦਾ ਹੋਣ ਲੱਗੀਆਂ, ਸੁੱਕਾ ਹੋਵੇ ਉਹ ਬਾਹਰ ਖੁੱਲੀਆਂ ਬਹਿਣ। ਅੱਛਾ, ਯਾਨੀ ਕਿ ਉਹ ਜਿਹੜਾ ਉਹਨਾਂ ਨੂੰ ਜਗ੍ਹਾ ਉਹ ਅੱਛੀ ਮੁਹੱਈਆ ਕਰੋ, ਸੁੱਕੀ ਜਗ੍ਹਾ ਹੋਏ, ਜਿੰਨੀ ਸੁੱਕੀ ਹੋਵੇ ਉਹਨਾਂ ਮਾਲ ਠੀਕ ਰਹੇ। ਅਤੇ ਜਿਹੜੇ ਇਹਨਾਂ ਦੇ ਛੋਟੇ ਜਾਨ ਨੇ, ਤੁਸੀਂ ਉਹਨਾਂ ਨੂੰ ਘਰ ਕੱਲੀ ਛੱਡ ਕੇ ਆਉਂਦੇ ਹੋ?
ਛੋਟੇ ਟੋਰ ਨਹੀਂ ਨਾ ਸਕਦੇ। ਅੱਛਾ, ਉਹਨਾਂ ਨੂੰ ਕਿੰਨੇ ਦਿਨ ਦੇ ਹੁੰਦੇ ਨੇ ਤੇ ਫਿਰ ਬਾਹਰ ਉਹਨਾਂ ਨਾਲ ਲੈ ਕੇ? ਡੇਢ ਮਹੀਨੇ। ਉਹ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੀ ਕਿੰਝ ਸੇਵਾ ਕਰਦੇ ਹੋ? ਉਹਨਾਂ ਨੂੰ ਸਿਰਫ ਦੁੱਧ ਹੀ ਪਿਲਾਉਂਦੇ ਜਾਂ ਹੋਰ ਵੀ ਕੋਈ ਚੀਜ਼ ਦਿੰਦੇ ਹੋ? ਉਹਨਾਂ ਨੂੰ ਸੁਬਹਾ ਦੁੱਧ ਪਿਆਈਦਾ, ਫਿਰ ਇੱਕ ਵਾਰੀ ਆਉਣ ਲੱਗਿਆ 10-11 ਵਜੇ ਨਾਲ ਫਿਰ ਦੁੱਧ ਪਿਆਈਦਾ, ਫਿਰ ਦਿਹਾੜੀ ਉਹਨਾਂ ਕੋਲ ਠੰਡਾ ਪਾਣੀ ਇੱਕ ਦੋ ਵਾਰੀ ਪਿਆਈਦਾ ਉਹਨਾਂ ਨੂੰ। ਸਵੇਰੇ ਕੋਈ ਢੱਕਣ ਢੱਕਣ ਤੇਲ ਦਾ ਦੇ ਲਈਦਾ, ਸਰੋਂ ਦਾ ਤੇਲ ਦਾ। ਅੱਛਾ, ਤਾਂ ਫਿਰ ਉਹ ਦਿਹਾੜੀ ਕੱਢ ਜਾਂਦੇ ਨੇ, ਸ਼ਾਮ ਨੂੰ ਫਿਰ ਜਾ ਕੇ ਪਿਆ ਲਈ। ਅਤੇ ਜਿਹੜੇ ਦੋਸਤ ਤੁਹਾਡੇ ਕੋਲੋਂ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ ਜਾਂ ਜਿਹੜੇ ਤੁਸੀਂ ਜਾਨਵਰ ਦੱਸੇ ਨੇ ਜਾਂ ਇਸ ਤੋਂ ਇਲਾਵਾ ਕੋਈ ਬੱਕਰੀ ਲੈਣਾ ਚਾਹੁੰਦੇ ਨੇ ਤੇ ਜਨਾਬ ਨਾਲ ਰਾਬਤਾ ਕਰ ਸਕਦੇ ਨੇ? ਕਰ ਸਕਦੇ। ਮੋਬਾਈਲ ਨੰਬਰ ਭਾਈ ਯਾਰਾਂ ਦਾ? 03-4147-963। ਜੀ ਸਰ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਅੱਛੀ ਮਾਲੂਮਾਤ ਦਿੱਤੀਆਂ ਨੇ, ਇਸ ਤੋਂ ਇਲਾਵਾ ਜਿਹੜੇ ਤੁਹਾਡੇ ਅੱਛੇ ਜਾਨਵਰ ਨੇ ਉਹ ਦੱਸੇ ਨੇ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼।